ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦਰਸ਼ਕਾਂ ਦਾ, ਡੀ ਡੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਮਨੀਸ਼ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਸੋ ਰੋਇਲ ਟਰੈਵਲ ਤੋਂ ਅਰਵਿੰਦਰਪਾਲ ਸਿੰਘ ਜੀ ਇੱਕ ਵਾਰ ਫਿਰ ਤੋਂ ਸਾਡੇ ਇਸ ਮੰਚ 'ਤੇ ਹਾਜ਼ਰ ਨੇ। ਸੋ ਅੱਜ ਗੱਲ ਕਰਾਂਗੇ US ਸਟੱਡੀ ਬਾਰੇ ਜਾਂ ਫਿਰ ਕੈਨੇਡਾ ਸਟੱਡੀ ਬਾਰੇ, ਕਿਉਂਕਿ ਪਿੱਛੇ ਆਪਾਂ ਦੇਖਿਆ ਸੀ ਪਿਛਲੇ ਮਹੀਨੇ ਡੇਢ ਮਹੀਨੇ ਵਿੱਚ ਵੱਡੀ ਤਾਦਾਦ ਦੇ ਵਿੱਚ ਕੈਨੇਡਾ ਦੇ ਰਿਫਿਊਜ਼ਲਸ ਆਈਆਂ ਸੀ। ਸੋ ਸਾਰੀ ਗੱਲਬਾਤ ਕਰਾਂਗੇ ਰੋਇਲ ਟਰੈਵਲ ਤੋਂ ਅਰਵਿੰਦਰਪਾਲ ਸਿੰਘ ਜੀ ਦੇ ਨਾਲ। ਸੋ ਅਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ। ਔਰ ਰੋਇਲ ਟਰੈਵਲ ਦੀ ਗੱਲ ਕਰ ਲਈ ਤਾਂ ਪਿਛਲੇ 17 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਰੋਇਲ ਟਰੈਵਲਸ ਹੈ ਔਰ ਹਜ਼ਾਰਾਂ ਵਿਦਿਆਰਥੀਆਂ ਨੂੰ ਜਿਹੜੀਆਂ ਉਹ ਆਪਣੀ ਸੇਵਾਵਾਂ ਦੇ ਚੁੱਕਾ ਹੈ। ਜਲੰਧਰ, ਮੋਗਾ, ਸੁਲਤਾਨਪੁਰ, ਪਟਿਆਲਾ ਵਿੱਚ ਇਹਨਾਂ ਦੇ ਦਫ਼ਤਰ ਨੇ। ਸੋ ਰਵਿੰਦਰ ਜੀ, ਪਿੱਛੇ ਆਪਾਂ ਦੇਖਣ ਨੂੰ ਆਇਆ ਕਿ ਕੈਨੇਡਾ ਦੇ ਕਾਫੀ ਰਿਫਿਊਜ਼ਲਸ ਆਏ ਨੇ। ਸੋ ਇੱਕ ਕੰਸਲਟੈਂਟ ਨੇ 300 ਕੇਸ ਅਪਲਾਈ ਕੀਤਾ ਜਿਹਦੇ ਵਿੱਚੋਂ 250 ਰਿਫਿਊਜ਼ਲਸ ਨੇ, ਕਿਸੇ ਨੇ 100 ਅਪਲਾਈ ਕੀਤਾ ਉਹਦੇ ਵਿੱਚੋਂ 90 ਰਿਫਿਊਜ਼ਲਸ ਨੇ। ਕਾਰਨ ਕੀ ਨੇ ਕਿ ਜਿੱਥੇ ਕੈਨੇਡਾ ਬਿਲਕੁਲ ਹੀ ਵਿਦਿਆਰਥੀਆਂ ਨੂੰ ਰਿਫਿਊਜ਼ਲਸ ਨਹੀਂ ਦੇ ਰਿਹਾ ਸੀ, ਵੀਜ਼ਾ ਦੇ ਰਿਹਾ ਸੀ, ਉੱਥੇ ਵੱਡੀ ਤਾਦਾਦ ਦੇ ਵਿੱਚ ਰਿਫਿਊਜ਼ਲ ਦੇਣ ਲੱਗ ਪਿਆ, ਕੀ ਕਾਰਨ ਰਹੇ ਨੇ ਜੀ? ਮਨੀਸ਼ ਜੀ, ਬੇਸਿਕਲੀ ਇੱਕ ਦੌੜ ਲੱਗੀ ਹੈ ਐਪਲੀਕੇਸ਼ਨਸ ਇਕੱਠੀਆਂ ਕਰਨ ਦੀ। ਸੋ ਕਾਲਡ ਐਕਸਪਰਟਸ ਬੇਸਿਕਲੀ ਫਾਈਲਾਂ ਇਕੱਠੀਆਂ ਕਰਨ ਤੇ ਉਸ ਚੀਜ਼ ਦੇ ਐਕਸਪਰਟ ਨੇ। ਇੱਕ ਕੇਸ ਨੂੰ ਕਿੰਨੇ ਧਿਆਨ ਨਾਲ, ਕਿੰਨੀ ਬਰੀਕੀ ਨਾਲ ਫਾਈਲ ਕਰਨਾ, ਉਹਦੇ ਉੱਪਰ ਕੋਈ ਧਿਆਨ ਨਹੀਂ ਆ। ਬੇਸਿਕਲੀ ਬਹੁਤ ਸਾਰੇ ਆਫਿਸਰਸ ਦਾ ਕਲਚਰ ਹੈ ਕਿ ਤੁਸੀਂ ਆਫਿਸ ਜਾਂਦੇ ਹੋ, ਇੱਕ ਬਹੁਤ ਵੱਡੀ ਕੰਧ ਹੈ ਜਿਹਦੇ ਉੱਪਰ ਵੀਜ਼ੇ ਹੀ ਵੀਜ਼ੇ, ਹਜ਼ਾਰਾਂ ਵੀਜ਼ੇ ਲੱਗੇ ਆ। ਅਸੀਂ ਸੋਚਦੇ ਕਿ ਲਾਈਕ ਇਹ ਬਹੁਤ ਸਾਰੇ ਵੀਜ਼ੇ ਲੱਗਦੇ ਨੇ ਇੱਥੇ, ਔਰ ਅਸਲ 'ਚ ਕੀ ਹੁੰਦਾ, ਤੁਹਾਨੂੰ ਇੱਕ ਕਾਊਂਸਲਰ ਇੱਕ ਅਸਾਈਨ ਹੋ ਜਾਂਦਾ। ਇੱਕ ਕਾਊਂਸਲਰ ਦਾ ਮਤਲਬ ਹੈ ਕਿ ਇੱਕ ਕੋਈ ਵੀ ਨਵਾਂ ਐਕਸਪਰਟ ਜਿਹਨੂੰ ਇਸ ਟ੍ਰੇਡ ਬਾਰੇ ਨਹੀਂ ਪਤਾ, ਜਿਹਨੂੰ ਕੋਰਸਿਸ ਬਾਰੇ ਨਹੀਂ ਪਤਾ, ਜਿਹਨੂੰ ਲਾਈਕ ਕਿਸੇ ਤਰ੍ਹਾਂ ਦਾ ਵੀਜ਼ਾ ਦਾ ਪ੍ਰੋਸੈਸ ਬਾਰੇ ਨਹੀਂ ਪਤਾ, ਔਰ ਸੋ ਕਾਲਡ ਏਜੰਸੀਜ਼ ਉੱਥੇ ਤੁਹਾਡੀ ਫਾਈਲ ਨੂੰ ਪਰਸਨਲੀ ਟੱਚ ਨਹੀਂ ਦਿੱਤਾ ਜਾਂਦਾ, ਕੋਈ ਹੱਥ ਨਹੀਂ ਲਾਇਆ ਜਾਂਦਾ। ਠੀਕ ਨੇ, ਮਾਹਰ ਨੇ ਆਪਣੇ ਕੰਮ 'ਚ ਮਾਹਰ ਨੇ, ਪਰ ਮਾਹਰ ਤਾਂ ਆ ਅਗਰ ਤੁਹਾਨੂੰ ਵੀਜ਼ਾ ਲੈ ਕੇ ਦੇ ਜੀ, ਅਗਰ ਤੁਹਾਡੇ ਕੇਸ ਨੂੰ ਫਾਈਲ ਕਰੇ। ਪਰ ਜਦੋਂ ਮੇਰੇ ਕੋਲ 300 ਫਾਈਲ ਹੈ, ਜਦੋਂ ਮੇਰੇ ਕੋਲ 3000 ਫਾਈਲ ਹੈ, ਮੈਂ ਉਹਨਾਂ ਧਿਆਨ ਨਹੀਂ ਦੇ ਪਾਊਂਗਾ। ਜੀ ਉਹੀ ਗੱਲ ਕਰ ਰਹੇ, ਮਾਹਰ ਖੁਦ ਤਾਂ ਨਾ ਤਾਂ ਫਾਈਲ ਦੇਖਦਾ ਨਾ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਮਾਪਿਆਂ ਨੂੰ ਮਾਹਰ ਮਿਲਦਾ ਹੈ। ਔਰ ਤੁਸੀਂ ਇੱਕ ਗੱਲ ਧਿਆਨ ਨਾਲ ਸੋਚੋ, ਜਿੰਨੇ ਸਟੂਡੈਂਟਸ ਰਿਫਿਊਜ਼ ਹੋਏ ਨੇ, ਇਹਨਾਂ ਵਿੱਚੋਂ ਉਹ ਮਾਹਿਰਾਂ ਨੇ ਕਿੰਨਿਆਂ ਦੀਆਂ ਫਾਈਲਾਂ ਖੁਦ ਲਾਈਆਂ, ਜਾਂ ਕਿੰਨਿਆਂ ਨੂੰ ਤੁਸੀਂ ਸੈਮੀਨਾਰਸ ਤੇ ਮਿਲਿਓ, ਸਭ ਕੁਝ ਮਿਲਿਓ, ਉਸ ਤੋਂ ਬਾਅਦ ਤੁਹਾਨੂੰ ਆਫਿਸ ਕਿੰਨੇ ਵਾਰੀ ਮਿਲੇ ਆ, ਕਿੰਨੀ ਵਾਰੀ ਤੁਹਾਨੂੰ ਅਟੈਂਡ ਕੀਤੇ ਆ। ਆਪਣਾ ਅਰਵਿੰਦਰ ਜੀ, ਸਭ ਕੁਝ ਕਲੀਅਰ ਹੋ ਰਿਹਾ ਇੱਥੇ, ਅਗਰ ਮਾਹਰ ਨੇ ਫਾਈਲ ਦੇਖੀ ਨਹੀਂ ਤੇ ਉਹ ਫਿਰ ਵਿਦਿਆਰਥੀ ਨੇ ਭੁਖ ਨਾ ਖਿਲਵਾੜ ਕਰ ਰਿਹਾ ਹੈ। ਅਗਰ ਉਹ ਫਾਈਲ ਦੇਖੀ ਹੈ ਉਸ ਤੋਂ ਬਾਵਜੂਦ ਰਿਫਿਊਜ਼ਲ ਦਾ, ਫਿਰ ਉਹ ਮਾਹਰ ਕਿਸ ਗੱਲ ਦਾ? ਬਿਲਕੁਲ ਸਰ, ਇਹ ਬੇਸਿਕਲੀ ਕਮਰਸ਼ਲਿਜ਼ਮ ਆ, ਜ਼ਿਆਦਾ ਹੋ ਰਿਹਾ। ਅਸੀਂ ਇਸ ਟ੍ਰੇਡ ਤੋਂ ਲਾਈਕ ਟੀਵੀ ਤੋਂ ਥੋੜ੍ਹੀ ਦੇਰ ਵਕਫਾ 'ਤੇ ਰਹੇ ਹਾਂ ਬੇਸਿਕਲੀ, ਬਟ ਜਿਸ ਤਰੀਕੇ ਨਾਲ ਇਹ ਸਭ ਕੁਝ ਹੋ ਰਿਹਾ, ਵਾਪਸ ਅਸੀਂ ਆਏ ਹਾਂ ਔਰ ਬੇਸਿਕਲੀ ਸਾਰੀ ਇਨਫੋਰਮੇਸ਼ਨ ਦੇਣ ਲਈ ਆਏ ਹਾਂ ਕਿ ਕੋਈ ਵੀ ਐਕਸਪਰਟ, ਕੋਈ ਵੀ ਮਾਹਰ, ਉਹ ਤਦ ਤੱਕ ਮਾਹਰ ਹੈ ਜਦ ਤੱਕ ਤੁਹਾਡੇ ਕੇਸ ਨੂੰ ਪਰਸਨਲੀ, ਅਸੀਂ ਨਹੀਂ ਕਹਿੰਦੇ ਕਿ ਸਾਡਾ ਹੱਥ ਲਾ ਕੇ ਹਰੇਕ ਦਾ ਵੀਜ਼ਾ ਆਉਂਦਾ, ਪਰ ਈਵਨ ਕੈਨੇਡਾ ਦੇ ਲਾਈਕ ਜਿਹੜੇ ਸਟੂਡੈਂਟ ਸਾਡੇ ਕੋਲ ਮਾਸਟਰਸ ਡਿਗਰੀ ਕੀਤੀ ਪਏ, 6-6 ਬੈਂਡ ਦੇ ਨਾਲ ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਆ। ਸੋ ਮੈਂ ਵੇਖਿਆ ਕਿ 7.5-7 ਬੈਂਡ ਵਾਲੇ, 6.5 ਬੈਂਡ ਵਾਲੇ ਹਜ਼ਾਰਾਂ ਦੀ ਗਿਣਤੀ ਰਿਫਿਊਜ਼ਲਸ ਨੇ। ਚਲੋ ਰਵਿੰਦਰ ਜੀ, ਤੁਸੀਂ ਸਿੱਕੇ ਦਾ ਇੱਕ ਪਾਸਾ ਕਿ ਕੈਨੇਡਾ ਦੇ ਵਿਦਿਆਰਥੀਆਂ ਦੀ ਰਿਫਿਊਜ਼ਲਸ ਆਈਆਂ ਕਾਫੀ ਵੱਡੀ ਤਾਦਾਦ ਦੇ ਵਿੱਚ। ਸੋ ਜਿਨ੍ਹਾਂ ਵਿਦਿਆਰਥੀਆਂ ਦੀ ਰਿਫਿਊਜ਼ਲ ਆ ਚੁੱਕੀਆਂ ਨੇ, ਹੁਣ ਅੱਗੇ ਫਰਦਰ ਕੀ ਕਰਨਾ, ਨੈਕਸਟ ਸਟੈਪ ਕੀ ਉਹਨਾਂ ਦਾ? ਬਹੁਤ ਸਾਰੇ ਵਿਦਿਆਰਥੀਆਂ ਨੇ ਕੇਪਸ ਨੋਟ ਕਢਵਾਏ ਹੋਣਗੇ, ਉਹਦੇ 'ਚ ਉਹਨਾਂ ਨੂੰ ਐਗਜੈਕਟ ਰੀਜ਼ਨਸ ਵੀ ਪਤਾ ਹੋਣਗੇ। ਔਰ ਅਸਲ ਦੇ ਵਿੱਚ ਵੀਜ਼ਾ ਜਦੋਂ ਅਸੀਂ ਅਪਲਾਈ ਕਰਦੇ ਨਾ, ਅਸੀਂ ਇੱਕ ਮੇਨ ਸਟ੍ਰੀਮ ਤੋਂ ਹਟਦੇ ਨੇ। ਫੋਰ ਸਟੂਡੈਂਟਸ ਮੈਂ ਗੱਲ ਦੱਸ ਰਿਹਾ ਕਿ ਇਹਨਾਂ ਲਈ ਜਾਣਨਾ ਕੀ ਜ਼ਰੂਰੀ ਆ। ਵੀਜ਼ਾਸ ਮਿਲਦੇ ਨੇ ਇੱਕ ਪ੍ਰੋਗਰੈਸ਼ਨ ਨੂੰ, ਪ੍ਰੋਗਰੈਸ਼ਨ ਦੋ ਤਰੀਕੇ ਦੀ ਹੁੰਦੀ ਹੈ, ਇੱਕ ਹੈਗੀ ਅਕੈਡਮਿਕ ਪ੍ਰੋਗਰੈਸ਼ਨ, ਇੱਕ ਹੈਗੀ ਕਰੀਅਰ ਦੀ ਪ੍ਰੋਗਰੈਸ਼ਨ। ਜਦੋਂ ਇੱਕ ਸਟੂਡੈਂਟ ਕਹਿੰਦਾ ਕਿ ਮੈਂ ਆਹ ਕੋਰਸ ਕੀਤਾ ਸੀ, ਇਹ ਕਰਨ ਚੱਲਿਆ, ਇਸ ਤੋਂ ਬਾਅਦ ਦਾ ਮੇਰਾ ਇਹ ਵਾਲਾ ਪਲਾਨ ਹੈ, ਜਦ ਤੱਕ ਉਹ ਪਲਾਨ ਇੱਕ ਕਨਵਿੰਸਿੰਗ ਮਾਡਲ ਨਹੀਂ ਆ, ਮਤਲਬ ਜਦ ਤੱਕ ਇਹ ਨਹੀਂ ਲੱਗ ਰਿਹਾ ਕਿ ਤੁਸੀਂ ਲੱਖਾਂ ਰੁਪਏ ਖਰਚਣ ਜਾ ਰਹੇ ਹੋ ਔਰ ਇਹਦਾ ਰੀਪੇ ਬੈਕ ਮਾਡਲ ਜਿਹੜਾ ਉਹ ਤੈਨੂੰ ਪੈਸਾ ਦੇ ਰਿਹਾ, ਜਦ ਤੱਕ ਇਹ ਸਿੱਧ ਨਹੀਂ ਹੋ ਗਿਆ, ਕੋਈ ਵੀਜ਼ਾ ਆਫਿਸਰ ਵੀਜ਼ਾ ਨਹੀਂ ਦੇ ਸਕਦਾ ਜੀ। ਬਿਕੋਜ਼ ਇਟ ਇਜ਼ ਹਾਰਡ ਟੂ ਬਿਲੀਵ ਕਿ ਜਦੋਂ ਇਹ ਤੁਸੀਂ ਕਹਿੰਦੇ ਹੋ ਜੀ ਮੈਂ ਲੱਖਾਂ ਰੁਪਏ ਖਰਚਣ 'ਤੇ ਲੱਗਾ,
ਤੇ ਬਾਅਦ ਵਿੱਚ ਮੈਂ ਵੇਖਦਾ ਜੀ ਕੀ ਕਰਨਾ, ਇਹ ਇਹ ਪ੍ਰੋਗਰੈਸ਼ਨ ਨਹੀਂ ਹੈ। ਸੁਰਵਿੰਦਰ ਜੀ, ਕੈਨੇਡਾ ਰਿਫਿਊਜ਼ਲ ਦਾ ਕੀ ਵਿਦਿਆਰਥੀਆਂ ਦਾ ਰਾਇਲ ਟਰੈਵਲ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਵਿਦਿਆਰਥੀਆਂ ਦੀ? ਕੈਨੇਡਾ ਰੀਫਾਈਲ ਕਰਨਾ ਤਾਂ ਪੋਸੀਬਲ ਹੈ ਬਿਕੋਜ਼ ਮੇ ਇਨਟੇਕ ਆ, ਮੇ ਇਨਟੇਕ ਦੇ ਆਲਮੋਸਟ ਐਵਰੀ ਵੀਕ ਸੈਮੀਨਾਰ ਚੱਲਦੇ ਨੇ ਔਰ ਕਈ ਸਟੂਡੈਂਟਸ ਆ ਬੇਸਿਕਲੀ ਜਿਹੜੇ ਕੈਨੇਡਾ ਦੇ ਵਿੱਚ, ਜਿੱਦਾਂ ਸਪੋਜ਼ ਕਰੋ ਕਿਸੇ ਦੇ ਮੈਥਮੈਟਿਕਸ ਨਹੀਂ ਕੀਤਾ ਹੋਇਆ, ਕਿਹਦੇ 50% ਤੋਂ ਮਾਰਕਸ ਥੱਲੇ ਨੇ, ਪਰ ਫਿਰ ਵੀ ਉਹਦੇ ਬਾਵਜੂਦ ਫਾਈਲਾਂ ਲਾਈਆਂ ਗਈਆਂ ਬਿਕੋਜ਼ ਬਹੁਤ ਸਾਰੇ ਕ੍ਰਾਈਟੀਰੀਆ ਨੇ ਕਾਲਜ ਨੇ, ਐਸ ਪੀ ਪੀ ਕਾਲਜ ਨੇ ਜਾਂ ਜੋ ਵੀ ਗਵਰਨਮੈਂਟ ਨੇ ਕ੍ਰਾਈਟੀਰੀਆ ਤੈਅ ਕੀਤਾ ਕਿ ਇਸ ਤੋਂ ਥੱਲੇ ਨਹੀਂ ਅਸੈਪਟੇਬਲ। ਬਟ ਤੁਸੀਂ ਸਟੂਡੈਂਟ ਸਕੂਲਿੰਗ ਵੀਜ਼ਾ ਹੈ ਉਹਦੇ 'ਚ ਬਹੁਤ ਐਪਲੀਕੇਸ਼ਨਸ ਜਾਂਦੀਆਂ ਨੇ ਬਟ ਰਿਜ਼ਲਟ ਨਹੀਂ ਆਉਂਦੇ। ਸੋ ਇਸੇ ਤਰੀਕੇ ਨਾਲ ਜਿਹੜੀਆਂ ਨੋਨ ਐਸ ਪੀ ਪੀ ਐਪਲੀਕੇਸ਼ਨਸ ਨੇ ਕੁਛ, ਉਹਨਾਂ ਰਿਜ਼ਲਟ ਨਹੀਂ ਆਉਂਦੇ। ਸੋ ਅਗਰ ਐਪਲੀਕੇਸ਼ਨ ਉਸ ਸਟੈਂਡਰਡ ਦੀ ਨਹੀਂ ਹੈਗੀ ਦੈਨ ਡੋਂਟ ਫਾਈਲ, ਉਹਨੂੰ ਫਾਈਲ ਨਾ ਕਰੋ ਯਾਰ, ਕਿਉਂ, ਵਾਈ ਟੂ ਵੇਸਟ ਮਨੀ? ਉਹਦੇ ਪੈਰਲਲ ਇੱਕ ਸਿੰਗਲ ਮਾਰਕੀਟ, ਅਸੀਂ ਕਹਿੰਦੇ ਯੂ ਐਸ ਕੈਨੇਡਾ ਇੱਕੋ ਮਾਰਕੀਟ ਹੈ। ਅਗਰ ਤੁਹਾਡਾ ਪ੍ਰੋਫਾਈਲ ਕੈਨੇਡਾ ਨੂੰ ਮੈਚ ਕਰਦਾ, ਬਿਕੋਜ਼ ਕੈਨੇਡਾ ਨੇ ਕੁਆਲਿਟੀ ਨਾਲ ਕਦੀ ਕੰਪਰੋਮਾਈਜ਼ ਨਹੀਂ ਕਰਨਾ, ਅਗਰ ਇਹ ਮੈਚ ਕਰਦਾ ਤਾਂ ਪਰਫੈਕਟ ਹੈ, ਨਹੀਂ ਮੈਚ ਕਰਦਾ ਦੈਨ ਉਹਦੇ ਪੈਰਲਲ ਕੈਨੇਡਾ ਦੇ ਪੈਰਲਲ ਯੂ ਐਸ ਹੈ, ਗੋ ਟੂ ਯੂ ਐਸ, ਯੂ ਐਸ ਸੇਮ ਐਜੂਕੇਸ਼ਨ ਸਿਸਟਮ ਹੈ। ਪਰ ਅਰਵਿੰਦਰ ਜੀ, ਸੁਣਨ ਵਿੱਚ ਆਇਆ ਕਿ ਯੂ ਐਸ ਏ ਵਿਦਆਊਟ ਆਇਲਟਸ ਵੀਜ਼ਾ ਵੀ ਆ ਰਹੇ ਨੇ। ਬੇਸਿਕਲੀ ਯੂ ਐਸ ਏ ਵਿਦਆਊਟ ਆਇਲਟਸ ਵੀਜ਼ਾ ਜ਼ਰੂਰ ਹੈਗਾ, ਯੂ ਐਸ ਏ ਵਿਦਆਊਟ ਇੰਗਲਿਸ਼ ਵੀਜ਼ਾ ਨਹੀਂ ਹੈ। ਔਰ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਈਵਨ ਯੂ ਐਸ ਏ ਦੇ ਰਿਫਿਊਜ਼ਲ ਲਏ ਨੇ, ਉਹ ਇਹ ਮੰਨ ਕੇ ਚੱਲੇ ਨੇ ਕਿ ਕੈਨੇਡਾ ਲਾਈਕ ਜਿੱਦਾਂ ਵਿਦ ਆਇਲਟਸ ਆ ਔਰ ਯੂ ਐਸ ਏ ਵਿਦਆਊਟ ਆਇਲਟਸ ਆ। ਯੂ ਐਸ ਏ ਵਿਦਆਊਟ ਆਇਲਟਸ ਹੈਗਾ ਇੱਕ ਹੱਦ ਤੱਕ ਹੈ, ਯੂ ਐਸ ਏ ਅਗਰ ਤੁਸੀਂ ਕਮਿਊਨੀਕੇਟ ਨਹੀਂ ਕਰ ਸਕਦੇ, ਅਗਰ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਅਗਰ ਤੁਸੀਂ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਮੈਂ ਲਾਸਟ ਟਾਈਮ ਵੀ ਕਿਹਾ ਸੀ, ਫਿਰ ਕਹਿੰਦਾ ਕਿ ਸਾਡੀ ਐਜ਼ ਏ ਕੰਸਲਟੈਂਟ ਜ਼ਿੰਮੇਵਾਰੀ ਆ, ਗਰੰਟੀ ਆ ਵੀ ਅਸੀਂ ਚੈਲੇਂਜ ਲੈਂਦੇ ਇਸ ਚੀਜ਼ ਦਾ। ਅੰਬੈਸੀ ਜਾਓਗੇ, ਹਰ ਸਵਾਲ ਤੁਹਾਨੂੰ ਪਤਾ ਹੋਊਗਾ, ਹਰ ਜਵਾਬ ਤੁਹਾਨੂੰ ਪਤਾ ਹੋਊਗਾ, ਔਰ ਇਸ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ। ਨਾ ਸਾਡੇ ਆਫਿਸਿਸ ਵਿੱਚ ਕੋਈ ਵੀਜ਼ਾਸ ਵਾਲਾ ਬੋਰਡ ਹੈ ਜਿੱਥੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚ ਵੇਖਣ ਨੂੰ ਮਿਲਦੇ ਆ, ਬਟ ਓਬਵੀਅਸਲੀ ਪ੍ਰੋਫੈਸ਼ਨਲੀ ਅਸੀਂ ਬਹੁਤ ਕੁਛ ਕਰ ਰਹੇ ਹਾਂ ਜੀ। ਪਰਵਿੰਦਰ ਜੀ, ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਯੂ ਐਸ ਏ ਦੇ ਵੀਜ਼ਾ ਆਉਂਦੇ ਨਹੀਂ ਹੈ, ਸਿਰਫ ਅੰਬੈਸੀ ਤੱਕ ਭੇਜਿਆ ਜਾਂਦਾ ਹੈ, ਇੰਟਰਵਿਊ ਦੇ ਵਿੱਚ ਰਿਫਿਊਜ਼ ਕਰ ਦਿੱਤਾ ਜਾਂਦਾ ਹੈ। ਨਹੀਂ, ਮੈਂ ਫਿਰ ਇਸੇ ਗੱਲ ਨੂੰ ਝੁਠਲਾ ਰਿਹਾ ਕਿ ਜਿੰਨਾ ਸਕਸੈਸ ਰੇਟ ਸਾਡੇ ਕੋਲ ਆ, ਜਿੰਨੇ ਰਿਜ਼ਲਟਸ ਸਾਡੇ ਵਧੀਆ ਨੇ, ਔਰ ਸਾਡੇ ਇੱਕ ਬਹੁਤ ਵੱਡੀ ਇੱਕ ਅਨੋਖੀ ਜੀ ਚੀਜ਼ ਆ, ਅਨੋਖੀ ਪਰੰਪਰਾ ਹੈ। ਤੁਸੀਂ ਕਿਸੇ ਕੰਸਲਟੈਂਟ ਦੇ ਆਫਿਸ ਵਿੱਚ ਜਾਂਦੇ ਹੋ, ਤੁਸੀਂ ਕਦੀ ਦੂਸਰੇ ਕਲਾਇੰਟ ਨੂੰ ਨਹੀਂ ਮਿਲਦੇ। ਸਾਡੇ ਆਫਿਸ ਆਓਗੇ, ਸਾਡੇ ਜਿੰਨੇ ਸਟੂਡੈਂਟਸ ਨੇ ਇੱਕ ਇਨਟੇਕ ਦੇ, ਸਾਰੇ ਇਕੱਠੇ ਬੈਠੇ ਹੁੰਦੇ ਆ, ਸਾਰੇ ਗਰੁੱਪ ਡਿਸਕਸ਼ਨਸ ਕਰਦੇ ਨੇ। ਬੇਸਿਕਲੀ ਮੁੱਦਾ ਸਾਡੇ ਕੇਸ ਇਕੱਠੇ ਕਰਨ ਦਾ ਨਹੀਂ ਆ, ਤੁਹਾਡਾ ਇੰਟੈਲੈਕਚੁਅਲ ਲੈਵਲ ਐਡਾ ਗਰੋ ਕਰਨ ਦਾ ਕਿ ਤੁਸੀਂ ਵੀਜ਼ਾ ਲੈ ਸਕੋ। ਸੋ ਉਹ ਸਾਰੇ ਸਟੂਡੈਂਟਸ ਅਸੀਂ ਇਕੱਠੇ ਕਰਕੇ ਆਪਣੇ ਲਈ ਪ੍ਰੋਬਲਮਸ ਹੇੜ ਸਕਦੇ ਹਾਂ, ਪਰ ਤੁਹਾਡੇ ਲਾਈਕ ਫਿਊਚਰ ਨਾਲ ਅਸੀਂ ਖਿਲਵਾੜ ਨਹੀਂ ਕਰਦੇ। ਫਾਇਦਾ ਕੀ ਹੁੰਦਾ, ਅਗਰ ਤੁਸੀਂ 50 ਸਟੂਡੈਂਟ ਇਕੱਠੇ ਬੈਠੇ ਹੋ, ਕੋਈ ਸਟੂਡੈਂਟ ਰਿਸਰਚ ਜ਼ਿਆਦਾ ਕਰਨ ਵਾਲਾ, ਕੋਈ ਘੱਟ ਰਿਸਰਚ ਕਰਨ ਵਾਲਾ। ਇੱਥੇ ਸਪੋਜ਼ ਕਰੋ ਮੈਂ ਨਲਾਇਕ ਸਟੂਡੈਂਟ ਹਾਂ, ਮੈਂ ਜ਼ਿਆਦਾ ਰਿਸਰਚ ਨਹੀਂ ਕਰਦਾ, ਬਟ ਕਮਿਊਨੀਕੇਸ਼ਨ ਮੈਨੂੰ ਆਉਂਦੀ ਹੈ, ਤੁਸੀਂ ਕੁਝ ਚੀਜ਼ਾਂ ਨਵੀਆਂ ਲੱਭ ਦਿਓ। ਅਸੀਂ ਡੇਲੀ ਗਰੁੱਪ ਡਿਸਕਸ਼ਨਸ ਕਰਦੇ ਹਾਂ, ਇੱਕ ਦੂਜੇ ਦੇ ਇੰਟਰਵਿਊ ਸੈਸ਼ਨਸ ਕਰਦੇ ਹਾਂ, ਸੋ ਤੁਹਾਡੀ ਰਿਸਰਚ ਆਟੋਮੈਟਿਕਲੀ ਮੈਂ ਅਡੋਪਟ ਕਰ ਲੈਣੀ ਹੈ ਜੀ। ਸੋ ਰਵਿੰਦਰ ਜੀ, ਪਿਛਲੇ ਐਪੀਸੋਡ ਦੇ ਵਿੱਚ ਆਪਾਂ ਯੂਕੇ ਸਟੱਡੀ ਵੀਜ਼ਾ ਦੀ ਵੀ ਗੱਲ ਕੀਤੀ ਸੀ, ਸੋ ਇੱਕ ਹਫ਼ਤੇ ਬਾਅਦ ਆਪਾਂ ਫਿਰ ਇਸ ਮੰਚ 'ਤੇ ਮਿਲ ਰਹੇ ਹਾਂ, ਇਸ ਹਫ਼ਤੇ ਦੌਰਾਨ ਯੂਕੇ ਨੇ ਕਿਸ ਤਰ੍ਹਾਂ ਦਾ ਰੁਖ ਰੱਖਿਆ? ਯੂਕੇ ਬਿਲਕੁਲ ਪੋਜ਼ਿਟਿਵ ਆ, ਜਿਹੜੇ ਸਟੂਡੈਂਟਸ, ਮੈਂ ਪਹਿਲਾਂ ਦੱਸਿਆ ਕਿ ਯੂ ਐਸ ਏ ਵਿਦਆਊਟ ਆਇਲਟਸ ਹੈਗਾ, ਬਿਨਾਂ ਅੰਗਰੇਜ਼ੀ ਤੋਂ ਨਹੀਂ ਆ, ਬਟ ਯੂਕੇ ਦੀ ਗੱਲ ਕਰੋਗੇ, ਯੂਕੇ ਬਿਨਾਂ ਆਇਲਟਸ ਤੋਂ, ਬਿਨਾਂ ਇੰਟਰਵਿਊ ਤੋਂ, ਬਿਕੋਜ਼ ਯੂਕੇ 'ਚ ਕੋਈ ਇੰਟਰਵਿਊ ਨਹੀਂ ਹੈ ਜੀ। ਔਰ ਅਗਰ ਤੁਹਾਡੇ ਕੋਲ ਸਾਲ 2-3 ਸਾਲ ਤੱਕ ਦਾ ਗੈਪ ਹੈਗਾ, ਪਲੱਸ ਟੂ ਕੀਤੀ ਹੈ ਜਾਂ ਇਹਦੇ ਇਕੁਇਲੈਂਟ ਕੁਛ ਵੀ ਹੈਗਾ, ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ ਜੀ। ਸੋ ਅਰਵਿੰਦਰ ਜੀ, ਸੈਮੀਨਾਰ ਅਟੈਂਡ ਕੀਤਾ ਸੀ ਲਾਸਟ ਟਾਈਮ, ਤੁਹਾਡੇ ਲਾਸਟ ਵੀਕ ਸੈਮੀਨਾਰ ਹੋਇਆ ਸੀ ਜਲੰਧਰ ਫਿਰ ਸੁਲਤਾਨਪੁਰ, ਔਰ ਵੱਡੀ ਤਾਦਾਦ ਦੇ ਵਿੱਚ ਉਦੋਂ ਵਿਦਿਆਰਥੀਆਂ ਨੇ ਮਿਲੇ, ਜਦੋਂ ਡੈਲੀਗੇਟਸ ਆਏ ਸੀ ਕੈਨੇਡਾ ਤੋਂ ਉਹਨਾਂ ਨਾਲ ਮਿਲੇ, ਕਾਫੀ ਚੰਗਾ ਲੱਗਾ। ਸੋ ਆਉਣ ਵਾਲੇ ਦਿਨਾਂ ਵਿੱਚ ਸੈਮੀਨਾਰ ਕਿਹੜੇ ਲੋਕਾਂ ਨੇ ਲੈ ਕੇ ਆ ਰਹੇ ਹੋ, ਕਿੱਥੋਂ ਲੈ ਕੇ ਆ ਰਹੇ ਹੋ? ਅਸੀਂ ਜਦੋਂ ਸੈਮੀਨਾਰਸ ਕਰਦੇ ਹਾਂ, ਸੈਮੀਨਾਰਸ ਬੇਸਿਕਲੀ ਇੱਕ ਬਹੁਤ ਵੱਡਾ ਮੰਚ ਹੁੰਦਾ ਜਿੱਥੇ 400-500 ਜਿੰਨੇ ਵੀ ਲਾਈਕ ਐਪਲੀਕੈਂਟਸ ਹੁੰਦੇ ਆ, ਬਿਕੋਜ਼ ਨੋਰਮਲੀ ਤੁਸੀਂ ਆਫਿਸਿਸ ਵਿੱਚ ਜਾਂਦੇ ਹੋ, 1-to-1 ਹੁੰਦਾ, ਅਗਲਾ ਬੰਦਾ ਤੁਹਾਡੇ ਤੇ ਹਾਵੀ ਹੋ ਸਕਦਾ, ਤੁਹਾਡੇ ਨਾਲ ਗੱਲਬਾਤ ਦੇ ਵਿੱਚ ਤੁਹਾਡੇ ਤੋਂ ਲਾਈਕ ਬਿਕੋਜ਼ ਟ੍ਰੇਡ ਵਾਲੇ ਆ, ਕੋਈ ਜ਼ਿਆਦਾ ਗੱਲ ਕਰ ਸਕਦਾ। ਸੈਮੀਨਾਰਸ ਵਿੱਚ ਇੱਕ ਖੁੱਲ੍ਹਾ ਪਲੇਟਫਾਰਮ ਹੁੰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਹੋ ਔਰ ਸਾਰੇ ਜਣੇ ਰਲ ਕੇ ਘੇਰਦੇ ਹੋ ਇੱਕ ਤਰੀਕੇ ਨਾਲ,
ਉਹ ਵਾਲਾ ਇੱਕ ਚੈਲੰਜ ਸਾਨੂੰ ਬਹੁਤ ਪਸੰਦ ਆਉਂਦਾ, ਬਿਕੋਜ਼ ਤੁਸੀਂ ਬਹੁਤ ਵੱਡੀ ਤਾਦਾਦ ਵਿੱਚ ਆ ਕੇ ਗੱਲਬਾਤ ਕਰਦੇ ਹੋ, ਪੁੱਛਦੇ ਹੋ, ਹਰ ਇੱਕ ਚੀਜ਼ ਜਾਣਨਾ ਚਾਹੁੰਦੇ ਹੋ। ਅਸੀਂ ਆਲਮੋਸਟ ਹਰ ਹਫ਼ਤੇ ਸੈਮੀਨਾਰਸ ਕਰਦੇ ਹਾਂ, ਹੁਣ ਸੈਟਰਡੇ ਨੂੰ ਸ਼ਨੀਵਾਰ 27 ਤਰੀਕ ਪਟਿਆਲਾ ਦੇ ਵਿੱਚ ਸੈਮੀਨਾਰ ਹੈ, ਔਰ ਇਹਦੇ ਲਈ ਤੁਸੀਂ ਆਫਿਸ ਪਹੁੰਚ ਸਕਦੇ ਹੋ, ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9168-9168 ਨੰਬਰ ਹੈ, ਜਦੋਂ ਮਰਜ਼ੀ ਉੱਥੇ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ, ਸਾਡੀ ਟੀਮ ਹੈ ਪੂਰੀ ਬਕਾਇਦਾ ਸਾਡੇ ਨਾਲ ਗੱਲ ਕਰਨੀ, ਕੋਈ ਵੀ ਇਨਫੋਰਮੇਸ਼ਨ ਹੈ, ਔਰ ਕਿਸੇ ਵੀ ਆਫਿਸ ਵਿੱਚ ਜਾਓਗੇ, ਕਿਸੇ ਨੂੰ ਵੀ ਮਿਲਣਾ ਕਿਤੇ ਕੋਈ ਪ੍ਰੋਬਲਮ ਨਹੀਂ ਬਣ, ਤੁਸੀਂ ਕਿਸੇ ਵੀ ਆਫਿਸ ਆਉਂਦੇ ਹੋ ਸਾਨੂੰ ਮਿਲਣਾ ਚਾਹੁੰਦੇ ਹੋ, ਅਸੀਂ ਕਿਸੇ ਉੱਪਰਲੇ ਫਲੋਰ 'ਤੇ ਨਹੀਂ ਬੈਠਦੇ, ਸੇਮ ਉੱਥੇ ਹੀ ਹੈ, ਔਰ ਤੁਸੀਂ ਲਾਈਕ ਇੱਕ ਆਫਿਸ ਦੇ ਦਰਵਾਜ਼ੇ ਬਿਲਕੁਲ ਟ੍ਰਾਂਸਪੇਰੈਂਟ ਨੇ, ਬੜੇ ਈਜ਼ੀਲੀ ਸਾਨੂੰ ਲੱਭ ਸਕਦੇ ਹੋ। ਹਰਮਿੰਦਰ ਜੀ, ਪਟਿਆਲੇ ਦੇ ਨਾਲ ਨਾਭਾ, ਸੰਗਰੂਰ, ਭਵਾਨੀਗੜ੍ਹ, ਬਰਨਾਲਾ, ਬਹੁਤ ਸਾਰੇ ਜੀ, ਬਹੁਤ ਵੱਡਾ ਇਲਾਕਾ ਇਹ, ਔਰ ਸਾਡੇ ਵਿਦਿਆਰਥੀ ਜਲੰਧਰ ਤੱਕ ਨਹੀਂ ਪਹੁੰਚ ਪਾਉਂਦੇ, ਬਿਲਕੁਲ, ਜਿਸ ਕਰਕੇ ਲੋਕਲ ਕੰਸਲਟੈਂਟ ਦੇ ਕੋਲ ਫਸ ਜਾਂਦੇ ਨੇ, ਔਰ ਐਂਡ ਵਿੱਚ ਰਿਜ਼ਲਟ ਕੀ ਹੁੰਦਾ, ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਬਿਲਕੁਲ, ਸੋ ਕੀ ਉਹ ਵਿਦਿਆਰਥੀਆਂ ਨੂੰ ਇਨਵਾਈਟ ਕਰ ਰਹੇ ਹੋ ਪਟਿਆਲਾ ਦੇ ਵਿੱਚ ਸੈਮੀਨਾਰ ਦੌਰਾਨ, ਕੀ ਵਿਦਿਆਰਥੀ ਆ ਸਕਦੇ ਨੇ ਉੱਥੇ? ਬਿਲਕੁਲ, ਇਹਦੇ ਵਿੱਚ ਵਿਦਿਆਰਥੀ ਵੀ ਤੇ ਬਹੁਤ ਸਾਰੇ ਜਿਹੜੇ ਸਾਡੇ ਲਾਈਕ ਸੀਨੀਅਰ ਸਿਟੀਜ਼ਨਸ ਨੇ ਜਾਂ ਜਿੰਨੇ ਵੀ ਸਾਡੇ ਟੂਰਿਸਟ ਵੀਜ਼ਾ ਜਾਂ ਅਡਲਟਸ ਨੇ, ਉਹ ਸਾਰੇ ਸਾਰੇ ਟੂਰਿਸਟ ਵੀਜ਼ਾ ਲਈ ਵੀ ਆ ਸਕਦੇ। ਅਸੀਂ ਕਿਸੇ ਨਾ ਕਿਸੇ ਟਾਈਮ ਤੇ ਕਿਸੇ ਨਾ ਕਿਸੇ ਮੁਲਕ ਦੀ ਪ੍ਰਮੋਸ਼ਨ ਜ਼ਰੂਰ ਕਰਦੇ ਹਾਂ, ਬਟ 17 ਸਾਲ ਹੋ ਗਏ ਨੇ ਸਾਨੂੰ ਇਸ ਟ੍ਰੇਡ ਦੇ ਵਿੱਚ ਸਭ ਕੁਝ ਕਰਦੇ ਹਾਂ। ਤੁਸੀਂ, ਮੈਂ ਬੜੀ ਓਪਨਲੀ ਦੱਸ ਦਿੰਦਾ ਕਿ ਟ੍ਰੈਵਲ ਟ੍ਰੇਡ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ, ਕੋਈ ਵੀ ਜਾਣਕਾਰੀ ਚਾਹੀਦੀ ਆ, ਕਦੀ ਵੀ ਕਾਲ ਕਰ ਲਓ। ਇਹਨੂੰ ਅਸੀਂ ਬੇਸਿਕਲੀ ਐਜ਼ ਅ ਵੀਜ਼ਾ ਹੈਲਪਲਾਈਨ ਪ੍ਰਮੋਟ ਕੀਤਾ, ਪਿੱਛੇ ਕੋਈ ਸਟੂਡੈਂਟ ਕੁਝ ਲਾਈਕ ਬਾਹਰ ਫਸੇ ਵੀ ਸੀ, ਉਹਨਾਂ ਨੇ ਵੀ ਇੱਥੇ ਹੈਲਪਲਾਈਨ ਕਿਹਾ ਅਤੇ ਕਾਲ ਕੀਤੀ, ਤਾਂ ਅਸੀਂ ਉਹਨਾਂ ਨੇ ਵੀ ਹੈਲਪ ਕੀਤੀ ਕਿਸੇ ਨਾ ਕਿਸੇ ਤਰੀਕੇ ਨਾਲ, ਮਿਸ਼ਨਸ ਨੂੰ ਜਿਹੜੇ ਬਾਹਰ ਨੇ ਆਪਣੇ ਉਹਨਾਂ ਨਾਲ ਕੋਆਪਰੇਟ ਕਰਕੇ ਉਹ ਵਾਪਸ ਆ ਸਕੇ ਨੇ। ਸੋ ਸਾਡੀ ਇਹੋ ਤੁਹਾਡੇ ਅੱਗੇ ਲਾਈਕ ਗੁਜ਼ਾਰਿਸ਼ ਆ ਕਿ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਚਾਹੁੰਦੇ ਹੋ, ਚਾਹੇ ਉਹ ਸਿੱਧੇ ਤੌਰ 'ਤੇ ਸਾਡੇ ਬੈਨੀਫਿਟ ਨਾਲ, ਸਾਡੇ ਪ੍ਰੋਫਿਟ ਨਾਲ ਜੁੜੀ ਹੈ ਚਾਹੇ ਨਹੀਂ ਜੁੜੀ, ਟ੍ਰੈਵਲ ਟ੍ਰੇਡ ਦੇ ਵਿੱਚ ਕੁਛ ਵੀ ਜਾਣਕਾਰੀ ਚਾਹੁੰਦੇ, ਸਾਨੂੰ ਕਾਲ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਲੈ ਸਕਦੇ ਹੋ। ਅਪਲਾਈ ਜਿੱਥੋਂ ਮਰਜ਼ੀ ਕਰ ਲਓ, ਬਟ ਸਾਡਾ ਮੇਨ ਮਕਸਦ ਆ ਕਿ ਤੁਹਾਨੂੰ ਪਤਾ ਜ਼ਰੂਰ ਹੋਵੇ ਕਿ ਅਸੀਂ ਕਰਨ ਕੀ ਚੱਲੇ ਹਾਂ। ਸੋ ਜਦੋਂ ਸੈਮੀਨਾਰ ਦੀ ਗੱਲ ਕੀਤੀ ਤਾਂ ਪਟਿਆਲਾ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਰੋਇਲ ਟ੍ਰੈਵਲਸ ਵੱਲੋਂ, ਅਗਰ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ, USA ਜਾਣਾ ਚਾਹੁੰਦੇ ਹੋ, ਕੈਨੇਡਾ ਮੁੜ ਅਪਲਾਈ ਕਰਨਾ ਚਾਹੁੰਦੇ ਹੋ, ਜਾਂ ਫਿਰ UK ਜਾਣਾ ਚਾਹੁੰਦੇ ਹੋ, 27 ਤਰੀਕ ਦਿਨ ਸ਼ਨੀਵਾਰ ਤੁਸੀਂ 12 ਵਜੇ ਪਟਿਆਲਾ ਆਫਿਸ ਵਿੱਚ ਆ ਸਕਦੇ ਹੋ, ਰੋਇਲ ਟ੍ਰੈਵਲ ਤੋਂ ਰਵਿੰਦਰਪਾਲ ਸਿੰਘ ਜੀ ਨੂੰ ਮਿਲ ਸਕਦੇ ਹੋ। TV ਸਕਰੀਨ ਦੇ ਨੰਬਰ ਚੱਲ ਰਹੇ ਨੇ 9168-9168, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸੈਮੀਨਾਰ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ, ਜਾਂ ਫਿਰ USA, UK ਜਾਂ ਕਿਸੇ ਵੀ ਕੰਟਰੀ ਬਾਰੇ ਤੁਸੀਂ ਸਟੱਡੀ ਵੀਜ਼ਾ ਬਾਰੇ ਇਨਫੋਰਮੇਸ਼ਨ ਚਾਹੁੰਦੇ ਹੋ, ਉਸ ਨੰਬਰ 'ਤੇ ਕਾਲ ਕਰਕੇ ਫ੍ਰੀ ਵੀਜ਼ਾ ਹੈਲਪਲਾਈਨ ਨੰਬਰ 'ਤੇ ਕਾਲ ਕਰੋ, ਫ੍ਰੀ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ ਅਰਵਿੰਦਰ ਜੀ, ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆਂ ਇਜਾਜ਼ਤ ਚਾਹੁੰਦੇ ਹਾਂ, ਪਰ ਜਾਂਦੀ ਵਾਰ ਕੋਈ ਸੁਨੇਹਾ, ਕੋਈ ਮੈਸੇਜ ਸਾਡੇ ਦੇਖਣ ਵਾਲੇ ਦਰਸ਼ਕਾਂ ਲਈ? ਬਸ ਇੱਕੋ ਸੁਨੇਹਾ ਹਰ ਵਾਰੀ ਮੈਂ ਉਹੀ ਦੇਣਾ ਚਾਹੂੰਗਾ ਕਿ ਕੋਈ ਵੀ ਇਨਫੋਰਮੇਸ਼ਨ ਅੱਜ ਕੱਲ੍ਹ ਦੂਰ ਨਹੀਂ ਹੈਗੀ, ਕੋਈ ਵੀ ਜਾਣਕਾਰੀ ਐਸੀ ਹੈ ਨਹੀਂ ਜਿਹੜੀ ਤੁਹਾਨੂੰ ਮਿਲਦੀ ਨਹੀਂ। ਬਹੁਤ ਸਾਰੇ ਸ਼ੋਸ ਨੇ, ਬਹੁਤ ਸਾਰੇ ਚੈਨਲਸ ਨੇ, ਬਹੁਤ ਸਾਰੇ ਰੇਡੀਓ ਦੇ ਉੱਪਰ, ਬਟ ਡੂ ਯੋਰ ਓਨ ਡਿਲੀਜੈਂਸ, ਆਪਣਾ ਹੱਥ ਜਗ੍ਹਾ ਨੱਥ ਜਿੱਦਾਂ ਕਹਿੰਦੇ ਹੁੰਦੇ, ਕਿ ਆਪਣੀ ਖੁਦ ਇਨਫੋਰਮੇਸ਼ਨ ਲੱਭੋ। ਇਨਫੋਰਮੇਸ਼ਨ ਇੱਕ ਕਲਿੱਕ ਅਵੇ ਆ, ਕਿਸੇ ਵੈਬਸਾਈਟਸ ਨੇ, ਹਜ਼ਾਰਾਂ ਅੰਬੈਸੀਆਂ ਦੇ ਕੰਟੈਕਟ ਨੰਬਰਸ ਨੇ, ਕੋਈ ਵੀ ਜਾਣਕਾਰੀ ਇਸ ਤਰੀਕੇ ਦੀ ਟਰੱਸਟ ਨਾ ਕਰੋ ਕਿ ਜੀ ਮੈਂ ਫਲਾਨੀ ਸੈਟਿੰਗ ਹੈ, ਮੈਂ ਫਲਾਨਾ ਕਰ ਦੂੰ। ਜੋ ਕੁਝ ਇੱਕ ਲੋਫੁਲ ਤਰੀਕੇ ਨਾਲ ਹੋਣਾ, ਇੱਕ ਸਿਸਟਮ ਨੇ ਹੋਣਾ, ਔਰ ਉਹ ਸਿਸਟਮ ਹਮੇਸ਼ਾ ਤੁਹਾਨੂੰ ਸਪੋਰਟ ਕਰਨ ਲਈ ਬਣਿਆ, ਔਰ ਇਹ ਅੰਬੈਸੀਜ਼ ਤੁਹਾਡੀ ਹੈਲਪ ਕਰਨ ਨੂੰ ਬਣੀਆਂ ਨੇ, ਇਸੇ ਕਰਕੇ ਤੁਹਾਡੇ ਕੋਲ ਇੱਕ ਫੀਸ ਚਾਰਜ ਕੀਤੀ ਜਾਂਦੀ ਹੈ, ਔਰ ਫੀਸ ਚਾਰਜ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਰਵਿਸ ਦੇਣਾ, ਔਰ ਇਹ ਤੁਸੀਂ ਉਹਨਾਂ ਦੇ ਕਲਾਇੰਟਸ ਹੋ। ਇਸੇ ਕਰਕੇ ਜਗ੍ਹਾ ਜਗ੍ਹਾ VFS ਸੈਂਟਰਸ ਖੋਲ੍ਹੇ ਗਏ ਨੇ। VFS ਸੈਂਟਰਸ ਦਾ ਮਤਲਬ ਵੀ ਇਹ ਕਿ ਤੁਹਾਨੂੰ ਦਿੱਲੀ ਫਾਈਲ ਨਹੀਂ ਪਹੁੰਚ ਹੁੰਦੀ, ਦਿੱਲੀ ਤੁਹਾਡੇ ਕੋਲ ਨਹੀਂ ਜਾ ਹੁੰਦਾ, ਜਲੰਧਰ ਜਮ੍ਹਾਂ ਕਰਾ ਲਓ, ਚੰਡੀਗੜ੍ਹ ਜਮ੍ਹਾਂ ਕਰਾ ਲਓ। ਸੋ ਤੁਹਾਡੇ ਨੇੜੇ ਤੇੜੇ ਅੰਬੈਸੀਜ਼ ਵੀ ਸਾਡੇ ਵਾਂਗੂ ਸਪਰੈਡ ਅਪ ਨੇ, ਬਿਕੋਜ਼ ਤੁਸੀਂ ਉਹਨਾਂ ਦੇ ਕਲਾਇੰਟਸ ਹੋ। ਔਰ ਕੋਈ ਵੀ ਇਨਫੋਰਮੇਸ਼ਨ, ਮੈਂ ਫਿਰ ਦੱਸ ਰਿਹਾ ਕਿ ਬਹੁਤ ਦੂਰ ਨਹੀਂ ਹੈਗੀ ਤੁਹਾਡੇ ਤੋਂ, ਕਿਤੋਂ ਇਨਫੋਰਮੇਸ਼ਨ ਨਹੀਂ ਮਿਲਦੀ, ਕਿਤੋਂ ਜਾਣਕਾਰੀ ਨਹੀਂ ਮਿਲਦੀ, ਸਾਡੇ ਕੋਲੋਂ ਵੀ ਲੈ ਸਕਦੇ ਹੋ। ਅਸੀਂ ਇਸ ਨੰਬਰ ਨੂੰ ਐਜ਼ ਅ ਵੀਜ਼ਾ ਹੈਲਪਲਾਈਨ ਹੀ ਪ੍ਰਮੋਟ ਕਰ ਰਹੇ ਹਾਂ, ਕਿ ਵੀਜ਼ੇ ਦੇ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਸਾਨੂੰ ਕਾਲ ਕਰ ਸਕਦੇ ਹੋ, ਚਾਹੇ ਉਹ ਟੂਰਿਸਟ ਵੀਜ਼ਾ ਹੈ,
ਚਾਹੇ ਸਟੂਡੈਂਟ ਵੀਜ਼ਾ ਹੈ। ਸੋ ਸੈਮੀਨਾਰ ਬਾਰੇ ਇੱਕ ਵਾਰ ਫਿਰ ਤੋਂ ਤਰੀਕ ਨੋਟ ਕਰ ਲਓ, 27 ਤਰੀਕ ਦਿਨ ਸ਼ਨੀਵਾਰ ਪਟਿਆਲਾ ਦਫ਼ਤਰ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਰੋਇਲ ਟਰੈਵਲਸ ਦੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9216892168 9216892168 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਔਰ ਹਾਂ, ਬਾਹਾਂ ਖੋਲ੍ਹ ਕੇ ਸੱਦਾ ਦਿੱਤਾ ਜਾ ਰਿਹਾ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਕੈਨੇਡਾ ਤੋਂ ਰਿਫਿਊਜ਼ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, USA, UK, ਕਿਸੇ ਵੀ ਕੰਟਰੀ ਵਿੱਚ ਜਾਣਾ ਚਾਹੁੰਦੇ ਨੇ ਪੜ੍ਹਾਈ ਕਰਨ ਲਈ ਜਾਂ ਫਿਰ ਟੂਰਿਸਟ ਤੌਰ 'ਤੇ ਜਾਣਾ ਚਾਹੁੰਦੇ ਨੇ, 9216892168 ਨੰਬਰ 'ਤੇ ਕਾਲ ਕਰ ਸਕਦੇ ਨੇ। ਧੂਰੀ, ਬਰਨਾਲਾ, ਸੰਗਰੂਰ ਜਾਂ ਪਟਿਆਲਾ ਦੇ ਆਸ ਪਾਸ ਦੇ ਖੇਤਰ ਦੇ ਸਾਰੇ ਵਿਦਿਆਰਥੀਆਂ ਨੂੰ ਟੂਰਿਸਟ ਵੀਜ਼ਾ 'ਤੇ ਅਪਲਾਈ ਕਰਨ ਵਾਲੇ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਸੱਦਾ ਦਿੱਤਾ ਜਾਂਦਾ ਹੈ। ਸੋ ਫਿਰ ਹਾਜ਼ਰ ਹੋਵਾਂਗੇ ਅਗਲੇ ਸੋਮਵਾਰ ਇਸੇ ਸਮੇਂ ਇਸੇ ਚੈਨਲ 'ਤੇ। ਤਦ ਤੱਕ ਲਈ ਇਜਾਜ਼ਤ ਦਿਓ। ਸੁਰਵਿੰਦਰ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਬਹੁਤ।